ਪਿਛਲੇ ਲੰਬੇ ਸਮੇਂ ਤੋਂ ਖਸਤਾ ਹਾਲਤ ਵਿੱਚ ਪੁੱਲ ਨੂੰ ਮੌਤ ਦੀ ਤਿਆਰੀ ਦਾ ਨਾਂ ਦੇ ਕੇ ਇਲਾਕਾ ਨਿਵਾਸੀਆਂ ਸੰਤ ਸੁਖਵੰਤ ਸਿੰਘ ਅਤੇ ਸਰਪੰਚ ਜਸ਼ਪਾਲ ਵੱਲੋਂ ਪ੍ਰਸ਼ਾਸਨ ਨੂੰ ਚੇਤਾਵਨੀ ਦੇ ਕੇ ਬੰਦ ਕਰਵਾ ਦਿੱਤਾ ਗਿਆ ਸੀ ਅਤੇ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਇਸ ਪੁੱਲ ਨੂੰ ਬਣਾਉਣ ਲਈ ਕੁਝ ਵਕਤ ਦਿੱਤਾ ਗਿਆ ਸੀ। ਸੰਤ ਸੁਖਵੰਤ ਸਿੰਘ ਨੇ ਐਲਾਨ ਕੀਤਾ ਸੀ ਕਿ ਜੇਕਰ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਸਮੇਂ ਵਿੱਚ ਇਹ ਪੁੱਲ ਨਹੀਂ ਬਣਾਇਆ ਗਿਆ ਤਾਂ ਉਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪੁੱਲ ਦੀ ਉਸਾਰੀ ਆਰੰਭ ਕਰਵਾ ਦੇਣਗੇ। ਪ੍ਰਸ਼ਾਸਨ ਨੂੰ ਦਿੱਤੇ ਸਮੇਂ ਵਿੱਚ ਉਸਾਰੀ ਨਾ ਹੋਣ 'ਤੇ ਮੰਗਲਵਾਰ ਪਿੰਡ ਨਾਲਾਂ ਵਿੱਚ ਸਥਿਤ ਬਾਬਾ ਝੰਡਾ ਸਾਹਿਬ ਦੇ ਸੰਚਾਲਕ ਸੰਤ ਸੁਖਵੰਤ ਸਿੰਘ ਅਤੇ ਸਰਪੰਚ ਜਸ਼ਪਾਲ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਆਰਜੀ ਪੁੱਲ ਤਿਆਰ ਕਰਵਾ ਕੇ ਪ੍ਰਸ਼ਾਸਨ ਦੀਆਂ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ। ਸੰਤ ਸੁਖਵੰਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਜਸਪਾਲ ਵੱਲੋਂ ਪਹਿਲਾਂ ਇਸ ਪੁੱਲ ਦੀ ਉਸਾਰੀ ਲਈ ਕਈ ਵਾਰ ਪ੍ਰਸ਼ਾਸਨ ਨੂੰ ਫਰਿਆਦ ਕੀਤੀ ਗਈ ਸੀ। ਖਸਤਾ ਹਾਲਤ ਦਾ ਪੁੱਲ ਬੰਦ ਹੋਣ ਦੇ ਦੌਰਾਨ ਰਾਹਗੀਰਾਂ ਨੂੰ ਆਸ ਪਾਸ ਦੇ ਪਿੰਡਾਂ ਅਤੇ ਖਾਸ ਕਰਕੇ ਕਾਮਿਆਂ ਨੂੰ ਲੈਦਰ ਕੰਪਲੈਕਸ ਵਿੱਚ ਕੰਮ 'ਤੇ ਜਾਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸੰਤ ਸੁਖਵੰਤ ਸਿੰਘ ਨੇ ਉਸਾਰੀ ਮਦਦ ਕਰਨ ਵਾਲੀ ਸੰਗਤ ਦਾ ਧੰਨਵਾਦ ਕੀਤਾ। ਪਿੰਡ ਨਾਲਾਂ ਦੇ ਸਰਪੰਚ ਜਸਪਾਲ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀਆਂ ਅੱਖਾਂ ਬੰਦ ਹੋਣ ਦੇ ਦੌਰਾਨ ਉਹਨਾਂ ਵੱਲੋਂ ਬਾਬਾ ਝੰਡਾ ਸਾਹਿਬ ਦੇ ਮੁੱਖ ਸੰਚਾਲਕ ਸੰਤ ਸੁਖਵੰਤ ਸਿੰਘ ਦੀ ਅਗਵਾਈ ਵਿੱਚ ਸੰਗਤ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਆਰਜੀ ਪੁੱਲ ਤਿਆਰ ਕਰਵਾ ਕੇ ਪ੍ਰਸ਼ਾਸਨ ਨੂੰ ਇਹ ਅਹਿਸਾਸ ਕਰਵਾ ਦਿੱਤਾ ਹੈ ਕਿ ਪਿੰਡ ਵਾਸੀਆਂ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਤੋਂ ਘੱਟ ਨਹੀਂ। ਵਿਧਾਇਕ ਸੁਸ਼ੀਲ ਰਿੰਕੂ ਨੇ ਆਰਜੀ ਪੁੱਲ ਤਿਆਰ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁੱਲ ਬਣਾਉਣ ਲਈ ਪਹਿਲਾਂ ਹੀ ਟੈਂਡਰ ਲਾ ਦਿੱਤੇ ਗਏ ਸੀ ਜੋ ਕਿ ਮਾਰਚ ਵਿੱਚ ਖੁੱਲ੍ਹ ਜਾਣਗੇ। ਇਸ ਸਥਾਨ 'ਤੇ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਪੁੱਲ ਬਣਾਇਆ ਜਾਵੇਗਾ। ਬਿਊਰੋ ਰਿਪੋਰਟ, ਆਵਾਜ਼ ਏਕਮ ਟੀਵੀ।